तेरे तिले तो यो सूत दीदिया हीर दी औला वेख गोरखा उड़दिया फलकारी। आओ आ गया मित्रो बड़ा दिल आ गया ते आपा इत्थे सोना अज ते तुहाडे नाल करनियां ने गल्लां बातां जिथे कहिंदे दिल छपिया मुंडा उत्थे जांदा है इधर रेल गड्डी है। In a quarter mile, turn right onto Illinois 267 North South Main Street. ओ बस कार बीबी पता लग गया इधर नू जाना है। आ कहंदे गड्डी है रेल। ते अज आपां जिहड़ियां गल्लां बातां करांगे आपां करांगे रेस्ट एरिया बारे भी जिहड़ा इत्थे रेस्ट एरिया नहीं सच आपां करांगे लब्स बारे। अज आपां रेस्ट एरिया ते नहीं रुक रहे अज आपां रुक रहे लब्स ते झंडा अमरीका वाले ने थले कर रखा। आपा तेल पानी भरावे ट्रक चो ते आपा उत्थे नहावे धोवे ते करांगे गल्लां बातां। Illinois 267 North South Main Street then turn left onto Love's Drive. ਕਹਿੰਦੇ ਵਨ ਵੇ ਆ ਗੁੱਡੀ ਵਨ ਵੇ ਹੁਣ ਕਿੱਧਰ ਦੀ ਜਾਵਾਂਗੇ ਤਾਂ ਕਰਦੇ ਆ ਗੱਲਾਂ ਬਾਤਾਂ ਮਿੱਤਰੋ। ਹਾਂਜੀ ਦੋਸਤੋ ਤੇ ਦਿਲ ਦੇਖ ਕੇ ਤੁਸੀਂ ਪਹੁੰਚ ਜਾਣਗੇ ਹੁਣੇ ਵੀ ਆਪਾਂ ਕਿੱਥੇ ਪਹੁੰਚ ਗਏ। ਸਾਨੂੰ ਦਿਲ ਦਿਖਾਇਆ ਆਪਾਂ ਮਾੜੀ ਥਾਂ ਤੇ ਨਹੀਂ ਪਹੁੰਚੇ ਦੋਸਤੋ ਆਪਾਂ ਪਹੁੰਚਿਆਂਗੇ ਲਫ਼ਸ ਦੇ ਉੱਪਰ ਪਰਨਾ ਮੈਂ। ਹਾਂ ਯਾਰ ਪਰਨਾ ਤਾਂ ਥੋੜ੍ਹਾ ਜਿਹਾ ਟਰੱਕ ਚਲਾ ਚਲਾ ਹੋ ਗਿਆ ਢਿੱਲਾ ਅਤੇ ਹੁਣ ਆਪਾਂ ਪਰਨਾ ਮਾੜਾ ਜਿਹਾ ਲਾਸਟ ਲਾੜਾ ਜਿਹੜਾ ਸੈੱਟ ਕਰ ਦਈਏ। ਕਹਿੰਦੇ ਮੁੰਡਾ ਕੈਮਰੇ ਦੀ ਸ਼ੀਸ਼ਾ ਬਣਾਉਂਦਾ ਸੈੱਟ ਹੋ ਗਿਆ ਪਰਨਾ। ਅਤੇ ਦੋਸਤੋ ਤੁਹਾਨੂੰ ਦਿਖਾਉਂਦੇ ਅੱਜ ਲਫ਼ਸ। ਲਫ਼ਸ ਦਾ ਮਤਲਬ ਕਿ ਪਿਆਰ। ਪਿਆਰ ਨਹੀਂ ਹੈਗਾ ਇੱਥੇ ਅਮਰੀਕਾ ਕੈਨੇਡਾ 'ਚ ਲਫ਼ਸ ਦਾ ਮਤਲਬ। ਲਫ਼ਸ ਦਾ ਮਤਲਬ ਹੈ ਇੱਥੇ ਵੀ ਆਪਾਂ ਟਰੱਕ ਪਾਰਕ ਕਰ ਦਿਉ ਟਰੱਕ ਚਲਾ ਚਲਾ ਆਪਾਂ ਥੱਕ ਗਏ ਅਤੇ ਆਪਾਂ ਹੁਣ ਸੌਣ ਦੀ ਤਿਆਰੀ ਕਰੋ। ਇਹ ਹੈ ਲਫ਼ਸ ਦਾ ਮਤਲਬ ਜੇ ਅਮਰੀਕਾ ਵਿੱਚ ਕਿਤੇ ਵੀ ਲਫ਼ਸ ਦੇਖੋ ਤੁਸੀਂ ਅਤੇ ਇਹਦਾ ਮਤਲਬ ਹੈ ਵੀ ਭਾਈ ਟਰੱਕ ਲੱਗੇ ਹੋਣਗੇ ਅਤੇ ਜ ਸਾਰੇ ਜਵਾਨ ਨੇ ਜਿਹੜੇ ਥੱਕ ਹਾਰ ਕੇ ਸੁੱਤੇ ਹੋਣਗੇ। ਅਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲਫ਼ਸ ਦਾ ਜਿਹੜਾ ਪੰਪ ਹੁੰਦਾ ਉਹ ਕਿਹੋ ਜਿਹਾ ਹੁੰਦਾ ਗਾ ਅਤੇ ਕਿੰਨੀਆਂ ਕੁ ਪਾਰਕਿੰਗਾਂ ਹੁੰਦੀਆਂ ਨੇ। ਬਾਕੀ ਪਾਰਕਿੰਗਾਂ ਦਾ ਡਿਪੈਂਡ ਕਰਦੀਆਂ ਨੇ ਵੀ ਵੱਡਾ ਪੰਪ ਹੈ ਜਾਂ ਛੋਟਾ ਪੰਪ ਹੈ। ਤੁਹਾਨੂੰ ਦਿਖਾਉਂਦੇ ਹਾਂ ਵੀ ਟਰੱਕ ਵੀ ਲੱਗੇ ਹੋਏ ਨੇ ਜਿਹੜੇ ਪੰਪ 'ਤੇ ਵੀ ਕਿੱਦਾਂ ਜਿਹੜੇ ਮੇਰੇ ਵੀਰ ਭਾਈ ਨੇ ਸਾਰੇ ਆਰਾਮ ਕਰ ਰਹੇ ਨੇ ਨਾ। ਕੋਈ ਕੋਈ ਚੀਜ਼ ਲੈ ਕੇ ਤਾਂ ਲੋਡ ਲੈ ਕੇ ਆਇਆ ਕੋਈ ਗੱਡੀਆਂ ਲੈ ਕੇ ਆਇਆ ਕੋਈ ਮੇਰੇ ਵਰਗਾ ਰੋਲ ਜੇ ਲੈ ਕੇ ਆਇਆ ਕੋਈ ਗਰੋਸਰੀ ਲੈ ਕੇ ਆਇਆ ਕੋਈ ਆਪਣਾ ਗੱਦਾ ਲੈ ਕੇ ਆਇਆ ਬੈੱਡ ਲੈ ਕੇ ਆਇਆ। ਤੁਸੀਂ ਗੱਦਾ ਬੈੱਡ ਉਹਨੂੰ ਦਿਖਾ ਦੇਣਾ ਗੱਦਾ ਬੈੱਡ ਬਾਈ ਟ੍ਰੇਲਰ ਜਾ ਰਿਹਾ ਗੱਦੇ ਬੈੱਡ ਵਾਲਾ ਕਿਤੇ ਲੰਘ ਨਾ ਜਾਵੇ। ਇੱਦਾਂ ਹਰੇਕ ਚੀਜ਼ ਹਰੇਕ ਬੰਦਾ ਆਪੋ ਆਪਦਾ ਸਮਾਨ ਇੱਥੇ ਲੈ ਕੇ ਰਾਤ ਕੱਟਦਾ। ਅਤੇ ਆਪਾਂ ਹੁਣ ਚੱਲਦੇ ਹਾਂ ਉਤਰਦੇ ਹਾਂ ਟਰੱਕ 'ਚੋਂ ਚਲਾ ਚਲਾ ਥੱਕ ਕੇ ਟਰੱਕ ਤੜਕੇ 'ਤੇ ਚਲਾਈ ਜਾਂਦੇ ਹਾਂ। ਅਤੇ ਆਪਾਂ ਹੱਥ ਹੁੱਥ ਧੋ ਕੇ ਆਈਏ ਫਿਰ ਰੋਟੀ ਰਾਟੀ ਖਾਵਾਂਗੇ ਅਤੇ ਫਿਰ ਆਪਾਂ ਸੌਣ ਦੀ ਤਿਆਰੀ ਕਰਾਂਗੇ। ਮਹਾਂ ਚੱਲ ਯਾਰ ਲਾਈਵ ਹੋ ਜਾਈਏ ਮਾੜਾ ਜਿਹਾ ਗੱਲ ਕਰ ਲਈਏ ਦੋਸਤਾਂ ਮਿੱਤਰਾਂ ਨਾਲ ਦਿਖਾ ਦਈਏ ਲਫ਼ਸ ਦਾ ਪੰਪ ਵੀ ਭਾਈ ਇੱਥੇ ਤੇਲ ਭਰਾਉਂਦੇ ਹਾਂ ਅਸੀਂ ਅਤੇ ਤੁਹਾਡੇ ਨਾਲ ਕਰਦੇ ਹਾਂ ਗੱਲਾਂ ਬਹੁਤਾਂ ਉਤਰਦੇ ਹਾਂ ਟਰੱਕ 'ਚੋਂ ਬੈ ਬੈ ਥੱਕ ਕੇ ਅਤੇ ਠੰਡ ਆ ਜਿਹੜੀ ਉਹ ਠੰਡ ਬਹੁਤ ਹੋ ਗਈ ਤਾਂ ਕਰਕੇ ਹੁਣ ਇਹ ਜੈਕਟ ਪਾਉਂਦੇ ਹਾਂ ਬਾਹਰ ਨਾ ਸਰਰ ਸਰਰ ਕਰਕੇ ਹਵਾ ਚੱਲਦੀ ਹੈ ਠੰਡੀ ਠੰਡੀ ਹਵਾ ਚੱਲਦੀ ਹੈ ਕੰਨ ਠਾਰ ਦਿੰਦੀ ਹੈ। ਪਰ ਚੱਪਲਾਂ ਤਾਂ ਰਹਿਣੀਆਂ ਹੀ ਰਹਿਣੀਆਂ ਠੰਡ 'ਚ ਵੀ ਰਹਿਣੀ ਆ ਕਿਉਂਕਿ ਚੱਪਲਾਂ ਬਾਬਿਓ ਨਜ਼ਾਰਾ ਜਾਂਦਾ ਚੱਪਲਾਂ ਪਾ ਕੇ ਚਲਾਉਣ ਦਾ ਉਹਨੂੰ ਪਤਾ ਹੀ ਆ ਵੀ ਚੱਪਲਾਂ ਨਾਲ ਨਾ ਸਵਾਦ ਜਾਂਦਾ ਖੁੱਲ੍ਹੇ ਖੁੱਲ੍ਹੇ ਜੇ ਪੈਰ ਬੰਦਾ ਠੰਡੀ ਠੰਡੀ ਹਵਾ 'ਚ ਲੱਗਦੀ ਹੈ ਰਿਲੈਕਸ ਜਿਹਾ ਫੀਲ ਕਰਦਾ ਬੰਦਾ ਇਹ ਨਹੀਂ ਸਮਝਦਾ ਵੀ ਮੈਂ ਕੰਮ 'ਤੇ ਆਇਆ। ਚੱਪਲਾਂ ਇਸ ਨੂੰ ਸਿਆਲ 'ਚ ਵੀ ਦੇਖਣ ਨੂੰ ਮਿਲਿਆ ਕਰਨੀ ਹੈ ਚਾਹੇ ਸਨੋਅ ਪਵੇ ਤਾਂ ਵੀ ਦੇਖਣ ਨੂੰ ਮਿਲਿਆ ਕਰਨੀ ਆ ਪਰ ਜਰਾਬਾਂ ਹੋ ਸਕਦੀਆਂ ਨੇ ਚੱਪਲਾਂ ਵਿੱਚ ਪਰ ਚੱਪਲਾਂ ਤਾਂ ਰਹਿਣਗੀ ਰਹਿਣੀ ਆ। ਊਂ ਤਾਂ ਕਹਿੰਦੇ ਵੀ ਚਲਾਉਣਾ ਨਹੀਂ ਚਾਹੀਦਾ ਚੱਪਲਾਂ ਪਾ ਕੇ ਮਾੜੀ ਗੱਲ ਹੈ ਨਾ ਸੇਫਟੀ ਦੇ ਅਗੇਂਸਟ ਹੈਗਾ ਕਿਉਂਕਿ ਚੱਪਲ ਦੀ ਬੁੱਧਰੀ ਬੁੱਧਰੀ ਫਸ ਜਾਂਦੀ ਹੈ ਬ੍ਰੇਕਾਂ ਬਰੇਕਾਂ ਪਰ ਕੀ ਕਰੀਏ ਟਾਈਮ ਵੀ ਪਾਸ ਕਰਨਾ ਹੁਣ ਹਵਾ ਹਵਾ ਲੱਗਦੀ ਹੈ ਪੈਰਾਂ 'ਤੇ ਨਜ਼ਾਰਾ ਆਉਂਦਾ ਜ਼ਿੰਦਗੀ ਦਾ। ਅਤੇ ਆ ਜਾਓ ਆਪਾਂ ਉਤਰਦਾ ਟਰੱਕ 'ਚੋਂ ਮੈਂ ਹੁਣ ਅਤੇ ਬਾਈ ਲੱਗ ਰਿਹਾ ਬੈਕ ਕਰਨ ਲਵੇ ਲਵੇ ਨੇੜੇ ਨੇੜੇ ਬਾਈ ਕਰ ਲਾ ਬੈਕ ਕਿਤੇ ਇੱਧਰ ਨਾ ਫਸਾ ਦੀ ਗੋਡੇ 'ਚ ਅਤੇ ਬਾਈ ਨੂੰ ਬੈਕ ਕਰ ਲੈਣ ਦੇ ਫਿਰ ਉਤਰਦੇ ਹਾਂ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਲਫ਼ਸ ਦਾ ਪੰਪ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੇ ਟਰੱਕ ਲੱਗੇ ਹੋਏ ਨੇ ਜਿਹੜੇ ਲਾਈ ਜਾਂਦੇ ਨੇ ਟਰੱਕ ਬੈਕ ਕਰ ਕਰ ਸਾਰੇ ਟਾਈਮ ਨਾਲ ਵੀ ਕਿਤੇ ਭਰਨਾ ਜਾਵੇ ਪੰਪ ਕਿਉਂਕਿ ਜਿਹੜਾ ਇਹ ਪੰਪ ਹੈ ਇਹ ਬਹੁਤ ਹੀ ਬਿਜ਼ੀ ਪੰਪ ਹੈਗਾ ਜਿਹੜਾ ਲਫ਼ਸ ਦਾ ਪੰਪ ਹੈ ਅਤੇ ਇਹ ਅਪਰੋਕਸੀਮੇਟਲੀ 5 ਵਜਦੇ ਨੂੰ ਇਹਦੀਆਂ ਪਾਰਕਿੰਗਾਂ ਫੁੱਲ ਹੋ ਜਾਂਦੀਆਂ ਨੇ। ਮੰਨ ਲਓ 6-7 ਵਜੇ ਜਿਹੜਾ ਕਰਮ ਵਾਲਾ ਹੀ ਹੁੰਦਾ ਜਿਹਨੂੰ ਕੋਈ ਪਾਰਕਿੰਗ ਮਿਲਦੀ ਹੈ ਨਹੀਂ ਤਾਂ ਪੜਾਕੇ ਪਈ ਹੁੰਦੇ ਨੇ ਇੱਥੇ ਕਿਤੇ ਬੰਦਾ ਟੇਢਾ ਜਿਹਾ ਕਰਕੇ ਲਾਉਂਦਾ ਰਾਤ ਕੱਟਦਾ
ਤੇ ਬਾਈ ਲਾਤਾ ਬੈਕ, ਲਾਤਾ ਬਾਈ ਨੇ ਬੈਕ, ਟਰੱਕ ਪਹੁੰਚ ਗਿਆ ਆਪਣੇ ਦੇ ਨਾਲ, ਬਾਈ ਲਾ ਰਿਹਾ ਗੋਰਾ। ਤੇ ਹੁਣ ਆਪਾਂ ਉਤਰਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਲਵਸ ਦਾ ਪੰਪ, ਤੇ ਆਜੋ ਮਿੱਤਰੋ ਦਿਖਾਉਂਦੇ ਹਾਂ ਤੁਹਾਨੂੰ ਗੱਡੀਆਂ ਵੀ ਦਿਖਾਉਂਦੇ ਹਾਂ, ਕਿਹੜੀ ਗੱਡੀ ਲੈਣੀ ਹੈ ਮੈਨੂੰ ਦੱਸ, ਤੱਕਾ ਲੈਣਾ ਇੱਕ ਹੋਰ ਗੱਡੀਆਂ ਲੈਣੀਆਂ ਨੇ, ਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਤਰ ਕੇ, ਤੇ ਆਜੋ ਚੱਲੀਏ ਪੰਪ ਤੇ, ਆਜੋ ਗੁਰਾ। ਮੈਂ ਕਿਹਾ ਜਿੰਦਾ ਲਾ ਦੀਏ, ਕਿਤੇ ਕੋਈ ਸਮਾਨ ਲੈ ਜੇ ਕੱਢ ਕੇ। ਤੇ ਆਪਾਂ ਲੈ ਕੇ ਆਇਆ ਆਹ ਰੋਦ, ਇਹ ਪੈਂਦੇ ਨੇ ਛੱਤਾਂ ਦੇ ਉੱਪਰ, ਟੇਢੇ ਕਰੇ ਪਏ ਨੇ ਕੱਸ ਕੱਸ ਕੇ, ਕਹਿੰਦੇ ਗੱਭਰੂ ਨੇ ਇਹ ਥੋੜ੍ਹਾ ਜਿਹਾ ਟੇਢੇ ਹੋ ਜਾਂਦੇ ਨੇਗੇ, ਤੇ ਡਰ ਲੱਗਦਾ ਹੁੰਦਾ ਵੀ ਕਿਤੇ ਨਿਕਲ ਨਾ ਜਾਣ ਉੱਤੇ, ਇਹਦੇ ਆਪਾਂ ਜੇ ਟਾਰ ਪਾਉਣੀ ਹੈ। ਤੇ ਆਪਾਂ ਲੈ ਕੇ ਆਇਆ ਆਹ ਗੋਲੇ ਜੇ ਅਮਰੀਕਾ 'ਚ, ਤੇ ਟ੍ਰੇਲਰ ਪਿੱਛੋਂ ਵੀ ਖਾਲੀ ਪਿਆ ਹੈਗਾ, ਤੇ ਚੈੱਕ ਕਰੋ ਗਰੀਨਰੀ, ਆਹਾ ਕਿੰਨੀ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਹੈ। ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਬਾਈ ਕਹਿੰਦਾ ਕੀ ਚੱਕੀ ਫਿਰਦਾ, ਕਹਿੰਦਾ ਪਿੱਕਾ ਚੱਕੀ ਫਿਰਦਾ, ਗੱਡੀ 'ਤੇ ਗੱਡੀ ਚਾੜੀ ਫਿਰਦਾ। ਪਤੰਦਰ ਨੇ ਗੱਡੀ 'ਤੇ ਗੱਡੀ ਚਾੜ ਰੱਖੀ ਹੈ, ਕਿਸੇ ਦਾ ਮੂੰਹ ਉੱਧਰ ਕਰ ਰੱਖਿਆ, ਕਿਸੇ ਦਾ ਮੂੰਹ ਉੱਧਰ ਕਰ ਰੱਖਿਆ। ਇੱਦਾਂ ਗੱਡੀਆਂ ਲੈ ਕੇ ਜਾਂਦੇ ਨੇ ਟਰੱਕਾਂ ਵਾਲੇ, ਜਿਹੜਾ ਇਹ ਜੋਬ ਹੈ ਇਹ ਵੀ ਬਾਬੇ ਰਿਸਕੀ ਜੋਬ ਹੈਗੀ, ਕਿਉਂਕਿ ਟਾਇਰਾਂ ਦੇ ਵਿੱਚ ਸਿਰਫ, ਤੁਹਾਨੂੰ ਦਿਖਾਉਂਦੇ ਹਾਂ ਨੇੜੇ ਕਰਕੇ, ਟਾਇਰਾਂ ਦੇ ਵਿੱਚ ਸਿਰਫ ਆਹ ਪੱਤੀਆਂ ਜਿਹੀਆਂ ਪਾਈਆਂ ਹੁੰਦੀਆਂ ਨੇ, ਇਹ ਸਟਰੈਪਾਂ ਹੁੰਦੀਆਂ ਨੇ ਜਿਹੜੀਆਂ ਇਹ ਪਾਈਆਂ ਹੁੰਦੀਆਂ ਨੇ, ਇਹਨਾਂ ਸਾਰੀ ਖੜੀਆਂ ਨੇ ਇਹ, ਹੋਰ ਇਹਦੇ ਉੱਪਰ ਕੁਛ ਨਹੀਂ ਪਾਇਆ ਹੋਇਆ, ਜਿਵੇਂ ਆਪਾਂ ਤਾਂ ਕਸ ਰੱਖਿਆ ਸਟਰੈਪਾਂ ਮਾਰ ਮਾਰ, ਪਰ ਇਹ ਇਹਨਾਂ ਦੇ ਇਕੱਲੇ ਟਾਇਰਾਂ 'ਚ ਹੀ ਪਾਇਆ ਹੁੰਦਾ, ਟਾਇਰਾਂ 'ਤੇ ਹੀ ਖੜ੍ਹੇ ਰਹਿੰਦੇ ਨੇ ਇਹ, ਇੰਨੀਆਂ ਭਾਰੀਆਂ, ਇੰਨਾ ਲੋਡ ਭਾਰੀ। ਅਤੇ ਆਹ ਬਾਈ ਨੇ ਪਿੱਕੇ ਮਗਰੀ ਟ੍ਰੇਲਰ ਪਾ ਰੱਖਿਆ, ਅਮਰੀਕਾ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲ ਰਹੀਆਂ। ਕਹਿੰਦੇ ਇਹਦਾ ਪਿੱਕਾ ਜਿਹਾ ਲੈ ਲੈਂਦੇ ਨੇ ਪਿੱਕੇ ਦੇ ਮਗਰੀ, ਆਪਦਾ ਰੋਟੀ ਪਾਣੀ ਦਾ ਸਮਾਨ ਚਲਾਈ ਜਾਂਦੇ ਨੇ, ਅਤੇ ਉਹ ਜਾਂਦਾ ਗੱਡੀਆਂ ਗੱਡੀਆਂ ਕਰੀਆਂ ਪਈਆਂ ਨੇ, ਕਹਿੰਦੇ ਲਫ਼ਸ ਦੇ ਪੰਪ 'ਤੇ। ਗੋਰਾ ਇਹ ਗੋਰਾ ਕਹਿੰਦਾ ਸਤਿ ਸ਼੍ਰੀ ਅਕਾਲ, ਅਤੇ ਤੁਹਾਨੂੰ ਦਿਖਾਉਂਦੇ ਆ ਕਿ ਇੱਧਰ ਵੀ ਜਿਹੜਾ ਇੱਕ ਬਾਈ ਆ ਜਿਹੜਾ ਉਹ ਵੀ ਉਹਨੂੰ ਗੱਡੀਆਂ ਲੈ ਕੇ ਆਇਆ ਹੈਗਾ, ਇਹ ਗੁੱਡੀ ਇਹਦਾ ਬਾਈ ਨਹੀਂ ਗੁੱਡੀ ਇਹਦਾ, ਤੁਹਾਨੂੰ ਦਿਖਾਉਂਦੇ ਆ ਕਿੱਦਾਂ ਜਿਹੜੀ ਲੈ ਕੇ ਆਉਂਦੇ ਨੇ ਕਿੱਦਾਂ, ਆਹ ਬਾਹਲੀ ਤਕੜੀ ਗੱਡੀ ਹੈ। ਕਹਿੰਦੇ ਮੁੰਡੇ ਆਡੀ ਲਈ ਫਿਰਦੇ ਨੇ, ਆਹ ਗੇਅਰ ਨੇ, ਆਹ ਗੇਅਰ ਨੇ ਸਾਰੇ, ਗੱਡੀਆਂ ਪਿੱਛੇ ਪਿੱਛੇ ਹੋਈਆਂ ਪਈਆਂ ਨੇ। ਅਤੇ ਹੁਣ ਤੁਹਾਨੂੰ ਦਿਖਾਉਣਾ ਪੰਪ ਆ ਜਾਓ ਕਰਾਂ, ਹਾਂਜੀ। ਅਤੇ ਆਪਾਂ ਚੱਲਿਆ ਤੁਰੇ ਤੁਰੇ, ਕਿਉਂਕਿ ਮਾੜਾ ਮੋਟਾ ਵਾਕ ਹੋ ਜੂਗੀ, ਅਤੇ ਤੜਕੇ 'ਤੇ ਬੈਠਿਆਂਗੇ। ਅਤੇ ਕਿਹੜਾ ਸੋਫਾ ਲੈਣਾ ਹੈ ਬਾਈ, ਕਹਿੰਦਾ ਸੋਫੇ ਚੱਕੀ ਫਿਰਦਾ, ਮਾਡਰਨ ਸਟਾਈਲ ਫੋਰ ਐਵਰੀ ਰੂਮ, ਚੈੱਕ ਕਰੋ ਡਿਜ਼ਾਇਨ। ਕਹਿੰਦਾ ਮੁੰਡਾ ਕਹਿੰਦਾ ਸੋਫਿਆਂ ਨਾਲ ਟਰੱਕ ਭਰੀ ਫਿਰਦਾ, ਇਹ ਹੈ ਬਾਬੇ ਟਰੱਕਿੰਗ ਜੋਬ, ਡਿਫਰੈਂਟ ਡਿਫਰੈਂਟ ਚੀਜ਼ਾਂ ਲੋਕ ਲੈ ਕੇ ਆਉਂਦੇ ਨੇ, ਯੂਅਰ ਡੈਸਟੀਨੇਸ਼ਨ ਇਜ਼ ਔਨ ਦ ਰਾਈਟ, ਸਮਾਨ ਕੋਈ ਲੱਕੜਾਂ ਚੱਕੀ ਆਉਂਦਾ, ਕੋਈ ਗੱਡੀਆਂ ਚਾੜੀ ਆਉਂਦਾ, ਤਾਂ ਕਰਕੇ ਲੋਕ ਕਹਿੰਦੇ ਸਲਾਮਾਂ ਕਰਦੇ ਨੇ ਟਰੱਕਾਂ ਵਾਲਿਆਂ ਨੂੰ, ਚੰਗਾ ਸਮਝਦੇ ਨੇ। ਅਤੇ ਆਪਾਂ ਹੁਣ ਪਹੁੰਚਾਂਗੇ ਲਾਪਸ ਦੇ ਉੱਪਰ ਬਾਬੇ, ਉਹ ਜਿੱਥੇ ਆ ਜਾਣ ਦਿਲ, ਮਤਲਬ ਕਿ ਦਿਲ 'ਤੇ ਦਿਲ ਚੜ੍ਹ ਜਾਏ, ਉਹ ਹੈ ਲਵਸ ਦਾ ਪੰਪ। ਇੱਥੇ ਕਹਿੰਦੇ ਟਰੱਕਾਂ ਨੂੰ ਪਿਆਰ ਹੋ ਜਾਂਦਾ ਲਵਸ 'ਤੇ ਆ ਕੇ, ਕਿਉਂਕਿ ਤੇਲ ਦੀਆਂ ਟੈਂਕੀਆਂ ਜਿਹੜੀਆਂ ਫੁੱਲ ਹੋ ਜਾਂਦੀਆਂ ਨੇ, ਸ਼ੀਸ਼ੇ ਸਾਫ਼ ਹੋ ਜਾਂਦੇ ਨੇ, ਤਾਂ ਕਰਕੇ ਇਹਨੂੰ ਲਵਸ ਦਾ ਪੰਪ ਕਿਹਾ। ਅਤੇ ਤੁਹਾਨੂੰ ਦਿਖਾਉਣਾ ਪੀਟਰ ਬੈਲਟ, ਪੀਟਰ ਬੈਲਟ ਦੀ ਜਿਹੜੀ ਸਵਾਦ ਆ ਨਾ ਵੱਖਰਾ ਹੀ ਆ। ਕਹਿੰਦਾ ਵੱਡੇ ਹਾਰਨ ਮਾਈ ਖਾਂਦਾ ਜਵਾਨ, ਐਂ ਧਰਤੀ ਨੂੰ ਟੱਚ ਕਰਦਾ ਤੁਰਿਆ ਜਾਂਦਾ ਜੋ। ਮੈਂ ਕਹਿਣਾ ਇੱਕ ਢੋਲ ਤਾਂ ਇੱਦਾਂ ਹੀ ਪੀ ਜਾਂਦਾ ਹੋਣਾ ਇਹ। ਅਤੇ ਆਪਾਂ ਪਹੁੰਚਾਂਗੇ ਲਵਸ ਦੇ ਪੰਪ ਦੇ ਉੱਪਰ, ਅਤੇ ਆਹ ਬਾਈ ਗਾਡਰ ਲਈ ਆਉਂਦਾ, ਉਹ ਗੱਡੀਆਂ ਆ ਜਾਂਦੀਆਂ ਨੇ। ਅਤੇ ਆਹ ਬਾਬੇ ਲਵਸ ਦਾ ਪੰਪ, ਇੱਥੇ ਜਿਹੜੇ ਡਰਾਈਵਰ ਨੇ ਇੱਥੇ ਨਹਾਉਣ ਧੋਣ ਦਾ ਜੁਗਾੜ ਪੂਰਾ ਬਣਿਆ ਹੁੰਦਾ, ਸ਼ਾਵਰ ਸ਼ੂਵਰ ਪੂਰੇ ਬਣੇ ਹੁੰਦੇ ਨੇ। ਆਪਾਂ ਨੇ ਅੱਜ ਸ਼ਾਵਰ ਨਹੀਂ ਲੈਣਾ ਕਿਉਂਕਿ ਠੰਡ ਬਹੁਤ ਜ਼ਿਆਦਾ, ਇੱਥੋਂ ਦਸਤਾਨੇ ਲਓ, ਜਿਹੜਾ ਦਿਲ ਕਰਦਾ ਸਮਾਨ ਚੱਕੋ ਇੱਥੋਂ। ਅਤੇ ਆਹ ਹੈ ਇੱਧਰ ਸ਼ਾਵਰ, ਅੱਜ ਆਪਾਂ ਨੇ ਨਹੀਂ ਲੈਣਾ ਸ਼ਾਵਰ ਕਿਉਂਕਿ ਠੰਡ ਬਹੁਤ ਹੈ, ਅਤੇ ਕੱਲ੍ਹ ਨੂੰ ਲਵਾਂਗੇ ਆਪਾਂ ਸ਼ਾਵਰ। ਅਤੇ ਰੇਡੀਓ ਲੈਣਾ ਜੇ ਕਿਸੇ ਨੇ, ਰੇਡੀਓ ਲੈ ਲਓ। ਅਤੇ ਇੱਧਰ ਆ ਰੈਸਟ ਰੂਮ ਬਣੇ ਹੋਏ, ਅਤੇ ਖਾਣ ਪੀਣ ਨੂੰ ਜੁਗਾੜ, ਇੱਥੇ ਚਾਹ ਤੜਕੇ ਕਹਿੰਦੇ ਚਾਹ ਬਣਦੀ ਇੱਥੇ, ਪਰ ਆਪਣੀ ਤਾਂ ਟਰੱਕ 'ਚ ਹੀ ਬਣਦੀ ਹੈ ਚਾਹ, ਕਿਉਂਕਿ ਆਪਦੇ ਹਿਸਾਬ ਨਾਲ ਮਿੱਠਾ ਚਾਹ ਪੱਤੀ ਸ਼ੱਕਰ
ਗੁੜ ਆਪਦੇ ਹਿਸਾਬ ਨਾਲ ਚੱਲਦਾ ਸਾਡਾ ਅਤੇ ਆਹ ਹੁੰਦਾ ਬਾਬੇ ਉਹ ਲਫਸ ਦਾ ਕਹਿੰਦੇ ਫਰੂਟ ਖਾਓ ਤੰਦਰੁਸਤ ਰਹੋ ਡਰਾਈਵਰੋ ਤੰਦਰੁਸਤ ਰਹੋ ਫਰੂਟ ਖਾ ਕੇ ਗ੍ਰੇਪਸ ਖਾ ਕੇ ਅਤੇ ਇੱਧਰ ਕੇਲੇ ਪਏ ਨੇ ਅਤੇ ਐਨਕ ਲੈਣੀ ਹੈ ਜੇ ਕਿਸੇ ਨੇ ਡਰਾਈਵਰ ਨੇ ਐਨਕ ਕਹਿੰਦੇ ਪਰਨੇ 'ਤੇ ਲਾਉਣ ਨੂੰ ਅਤੇ ਐਨਕ ਵੀ ਲੈ ਸਕਦਾ ਮੱਛਰ ਮੁੱਖੀ ਪੈਣ ਤੋਂ ਅਤੇ ਆ ਹੈ ਬਾਬੇ ਉਹ ਲਫਸ ਦਾ ਪੰਪ ਕਹਿੰਦੇ ਇੱਥੇ ਪਿਸਤੌਲ ਵੀ ਮਿਲਦੇ ਨੇ ਆਈ ਡੋਂਟ ਡਾਇਲ 911 ਇੱਦਾਂ ਮਿਲਦੇ ਨੇ ਪਿਸਤੌਲ ਅਤੇ ਇੱਧਰ ਨੇ ਐਂ ਸਾਰਾ ਸਮਾਨ ਮਿਲਦਾ ਉਰੇ ਬਾਡੋਲਾ ਅਤੇ ਕਹਿੰਦੇ ਢੱਠੇ ਵਾਲਾ ਚੂਰਨ ਵੀ ਮਿਲਦਾ ਢੱਠੇ ਵਾਲਾ ਚੂਰਨ ਫਿਰ ਮੈਂ ਸਮਝ ਖੁਰਲੀ ਨਹੀਂ ਧਰ ਦਿੰਦਾ ਜੀ ਆਪਣਾ ਕਾਲਾ ਚੂਰਨ ਚੱਟੀ ਜਾਂਦੇ ਹੁੰਦੇ ਸੀ ਮੈਸਾਂ ਢੱਠੇ ਉਹ ਵੀ ਮਿਲਦਾ ਕਹਿੰਦੇ ਉਰੇ ਅਤੇ ਬਾਬੇ ਉਹ ਇੱਥੇ ਗੋਰੀ ਡੋਲ ਮਿਲਦੀ ਹੈ ਡੋਲ ਬਿਊਟੀਫੁਲ ਡੋਲ ਸਾਰਾ ਕੁਛ ਵਾਢੋ ਦਾ ਇੱਥੇ ਮਿਲਦਾ ਇਹ ਹੈ ਲਫਸ ਦਾ ਪੰਪ ਅਤੇ ਆਪਾਂ ਨੇ ਚਾਹ ਬਣਾਉਣੀ ਹੈ ਗਲਾਸ ਲੈ ਲਈਏ ਤੜਕੇ ਸੱਤਰ ਲਾਲ ਦੇ ਗਲਾਸ ਲੈ ਲਈਏ ਚਾਹ ਬਣਾਵਾਂਗੇ ਤੜਕੇ ਚੁੱਲ੍ਹੇ ਜੇ ਫਿਰ ਆਪਾਂ ਇੱਥੇ ਪੀਵਾਂਗੇ ਚਾਹ ਹਾਂਜੀ ਫਿਰ ਆ ਕੇ ਬਾਹਰ ਆਪਾਂ ਪੰਪ ਤੋਂ ਅਤੇ ਇੱਦਾਂ ਦਿਲ ਧੜਕਦਾ ਕਹਿੰਦੇ ਆ ਜਾਓ ਸਾਰੇ ਹਾਈਵੇ ਵਾਲੇ ਆ ਜਾਓ ਅਤੇ ਜਿੱਥੇ ਦਿਲ 'ਤੇ ਦਿਲ ਚੜਿਆ ਇਹ ਹੈ ਲਫਸ ਦਾ ਪੰਪ ਠੰਡ ਹੋ ਗਈ ਇੱਧਰ ਟਰੱਕ ਵਾਲੇ ਉਹ ਗੋਰੀ ਟਰੱਕ ਚਲਾਉਂਦੀ ਅਤੇ ਗੋਰਾ ਟਰੱਕ ਚਲਾਉਣ ਦੀ ਦੋਨੇ ਹੈਲੋ ਹਾਈ ਸਤਿ ਸ਼੍ਰੀ ਅਕਾਲ ਬੁਲਾਉਣ ਲੱਗੇ ਇੱਦਾਂ ਸਤਿ ਸ਼੍ਰੀ ਅਕਾਲ ਆ ਵੱਜਦੇ ਇੱਥੇ ਲਫਸ ਦੇ ਪੰਪ 'ਤੇ ਹਾਲ ਚਾਲ ਪੁੱਛਦੇ ਨੇ ਇੱਕ ਦੂਜੇ ਦਾ ਅਤੇ ਤੇਲ ਭਰਾ ਭਰਾ ਜਵਾਨ ਕਹਿੰਦੇ ਇੱਧਰ ਮੂਹਰੇ ਲਾਈ ਜਾਂਦੇ ਨੇ ਇਹ ਗੋਰੇ ਸ਼ੌਂਕ ਨਾਲ ਲੱਗਦੇ ਨੇ ਟਰੱਕ ਨਵਾਂ ਨਵਾਂ ਵਿੱਚ ਗੁੱਡੀਆਂ ਪਟੋਲੇ ਟਰੱਕ ਦੇ ਵਿੱਚ ਸਾਰਾ ਕੁਛ ਰੱਖਦੇ ਨੇ ਕੁੱਤੇ ਵੀ ਰੱਖਦੇ ਨੇ ਅਤੇ ਆਪਣਾ ਟਰੱਕ ਖੜ੍ਹਾ ਹੋ ਉਹ ਅਤੇ ਆਪਾਂ ਹੁਣ ਚੱਲਦੇ ਹਾਂ ਹੌਲੀ ਹੌਲੀ ਅਤੇ ਠੰਡ ਗਈ ਆ ਹੋ ਮੈਂ ਤੁਹਾਨੂੰ ਦਿਖਾ ਦਈਏ ਕਿੱਦਾਂ ਦਾ ਪੰਪ ਹੁੰਦਾ ਆਹ ਹੁੰਦੀ ਆ ਸਕੇਲ ਜੇ ਸਕੇਲ ਕਰਾਉਣੀ ਆ ਕਿਸੇ ਨੇ ਟਰੱਕ ਦਾ ਵੇਟ ਚੈੱਕ ਕਰਾਉਣਾ ਅਤੇ ਇੱਥੇ ਚੈੱਕ ਕਰਾ ਸਕਦਾ ਠੰਡ ਕਰਕੇ ਸਾਰੇ ਰੋਟੀਆਂ ਖਾ ਕੇ ਟਾਈਮ ਨਾਲ ਹੀ ਅੰਦਰ ਵੜ ਜਾਂਦੇ ਨੇ ਟਰੱਕਾਂ 'ਚ ਤਾਂ ਫਿਰ ਕਹਿੰਦੇ ਨੇ ਢੱਡ ਵੱਧ ਗਏ ਟਰੱਕਾਂ ਵਾਲਿਆਂ ਦੇ ਅਤੇ ਜਾਵਾ ਮੋਰ ਦਾ ਕੱਪ ਲੈ ਲੈ ਜਾਵਾ ਮੋਰ ਕੱਪ ਤੜਕੇ ਗੱਡਾ ਕਹਿੰਦੇ ਮੁੰਡਾ ਕੰਗਣੀ ਦਾ ਗਲਾਸ ਭਰ ਕੇ ਪੀ ਚਾਹਦਾ ਉਹ ਘਰ ਲੱਛਿਆ ਪਿਆ ਟਰੱਕ 'ਤੇ ਬਹੁਤ ਸੋਹਣਾ ਬਿਊਟੀਫੁੱਲ ਅਤੇ ਹੁਣ ਮਿੱਤਰੋ ਠੰਡ ਲੱਗਣ ਲੱਗ ਗਈ ਪੈਰਾਂ 'ਚ ਚੱਪਲਾਂ 'ਚ ਅਤੇ ਹੁਣ ਆਪਾਂ ਟਰੱਕ 'ਚ ਚੜ੍ਹ ਦਿਆਂਗੇ ਅਤੇ ਫਿਰ ਕਰਦੇ ਹਾਂ ਗੱਲਾਂ ਬਾਤਾਂ ਸਾਰੀਆਂ ਪਾਰਕਿੰਗਾਂ ਭਰੀਆਂ ਜਿਹੜੀਆਂ ਸਾਰੀਆਂ ਖਾਲੀ ਪਈਆਂ ਸੀ ਭਰ ਗਈਆਂ ਟਾਈਮ ਨਾਲ ਹਾਂਜੀ ਦੋਸਤੋ ਅਤੇ ਆਪਾਂ ਦੁਬਾਰੇ ਆ ਗਏ ਵਾਪਸ ਅਤੇ ਹੁਣ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਤੁਹਾਨੂੰ ਦਿਖਾਇਆ ਲਫਸ ਦਾ ਪੰਪ ਅਤੇ ਅੱਜ ਆਪਾਂ ਨਹਾਉਣਾ ਨਹੀਂ ਸੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਸਵੇਰੇ ਸਵੇਰੇ ਅੱਜ ਆਪਾਂ ਨਹਾ ਕੇ ਆਏ ਹਾਂ ਅਤੇ ਆਪਾਂ ਕੱਲ੍ਹ ਨੂੰ ਨਹਾਵਾਂਗੇ ਅਤੇ ਹੁਣ ਆਪਾਂ ਲੱਗਾਂਗੇ ਰੋਟੀ ਦਾ ਜੁਗਾੜ ਕਰਨ ਰੋਟੀ ਗਰਮ ਕਰਾਂਗੇ ਚੁੱਲ੍ਹੇ 'ਚ ਫਿਰ ਆਪਾਂ ਆਰਾਮ ਕਰਾਂਗੇ ਅਤੇ ਤੜਕੇ ਆਪਾਂ ਚਾਹ ਬਣਾਵਾਂਗੇ ਫਿਰ ਆਪਾਂ ਤੁਰਾਂਗੇ ਅਤੇ ਆਹ ਵੀਡੀਓ ਹੋ ਗਈ ਲਫਸ ਦੇ ਪੰਪ 'ਤੇ ਇੱਕ ਵਾਰ ਮੈਂ ਪਹਿਲਾਂ ਬਣਾਈ ਸੀ ਵੀਡੀਓ ਲਫਸ ਦੇ ਪੰਪ 'ਤੇ ਪਰ ਮੈਂ ਉਹ ਅਪਲੋਡ ਕੀਤੀ ਨਹੀਂ ਮਹਾਂ ਇੱਕ ਦੇ ਫਿਰ ਵਿਹਲੇ ਟਾਈਮ ਵਧੀਆ ਬਣਾ ਕੇ ਕਰਾਂਗੇ ਅਤੇ ਅੱਜ ਕੁਦਰਤੀ ਗੱਡੀਆਂ ਵੀ ਖੜ੍ਹੀਆਂ ਸੀ ਸੋਹਣੀਆਂ ਸੋਹਣੀਆਂ ਕੋਲ ਅਤੇ ਉਹਨਾਂ ਉੱਪਰ ਗੱਡੀਆਂ ਲੱਦੀਆਂ ਹੋਈਆਂ ਸੀਗੀਆਂ ਅਤੇ ਤਾਂ ਕਰਕੇ ਜਿਹੜਾ ਉਹ ਵੀਡੀਓ ਆ ਉਹ ਮਾੜੀ ਜੀ ਦੇ ਵਿੱਚ ਰੰਗ ਭਾਗ ਲੱਗ ਗਏ ਚਾਰ ਕਹਿੰਦੇ ਚੰਨ ਲੱਗ ਗਏ ਵੀਡੀਓ ਦੇ ਵਿੱਚ ਅਤੇ ਹੁਣ ਆਪਾਂ ਟਾਈਮ ਨਾਲ ਲੱਗਿਆ ਕਰਨ ਸਮਾਪਤੀ ਵੀਡੀਓ ਦੀ ਅਤੇ ਤੁਹਾਨੂੰ ਦਿਖਾਇਆ ਲਫਸ ਦਾ ਪੰਪ ਜਿੱਥੇ ਟਰੱਕਾਂ ਵਾਲੇ ਬੰਦੇ ਤੇਲ ਭਰਾਉਂਦੇ ਨੇ ਸਾਰੇ ਅਤੇ ਇੱਥੇ 2 ਮਿੰਟ ਮਾੜਾ ਬੂਟਾ ਢੂਹੇ ਟਾਈਮ ਵੀ ਸਿੱਧੀ ਹੋ ਜਾਂਦਾ ਤੋਰਾ ਫੇਰਾ ਹੋ ਜਾਂਦਾ ਹੈਲੋ ਹਾਈ ਹੋ ਜਾਂਦੀ ਹੈ ਜਿਵੇਂ ਉਹ ਗੋਰਾ ਗੋਰੀ ਹੈਲੋ ਹਾਈ ਕਰਦੇ ਸੀ ਹੁਣ ਮੋਸਟਲੀ ਜਿਹੜੇ ਹੁੰਦੇ ਨੇ ਉਹ ਟਰੱਕ ਡਰਾਈਵਰ ਹੀ ਹੁੰਦੇ ਨੇ ਉਹ ਗੋਰੀਆਂ ਗਾਰੀਆਂ ਟਰੱਕ ਚਲਾਉਂਦੀਆਂ ਨੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਇੱਥੇ ਮਿਲਦੇ ਨੇ ਵਧੀਆ ਗੱਲਾਂ ਬਾਤਾਂ ਕਰਦੇ ਨੇ ਵਾਕ ਵੂਕ ਕਰਦੇ ਨੇ ਕੁੱਤੇ ਕਾਤੇ ਰੱਖਦੇ ਨੇ ਟਰੱਕਾਂ 'ਚ ਹੈ ਨਾ ਅਤੇ ਗੇੜਾ ਗੂੜਾ ਦਬਾਉਂਦੇ ਨੇ ਉਹਨਾਂ ਨੂੰ ਤਾਂ ਕਰਕੇ ਮਿੱਤਰੋ ਵਧੀਆ ਜਗ੍ਹਾ ਹੈਗੀ ਇਹ ਪੰਪ ਜਿਹੜਾ ਲਫਸ ਦਾ ਪੰਪ ਹੈ ਤੁਹਾਨੂੰ ਦਿਖਾਇਆ ਅੱਜ ਲਫਸ ਦਾ ਪੰਪ ਅਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜਲਦੀ ਅਤੇ ਵਧੀਆ ਇੱਦਾਂ ਹੀ ਲਾਈਕ ਸਬਸਕ੍ਰਾਈਬ ਕਰੋ ਚੈਨਲ ਨੂੰ
ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਤੇ ਹੁਣ ਲੱਗੇ ਆਪਾਂ ਰੋਟੀ ਖਾਣ ਤੇ ਫਿਰ ਸੌਂਦੇ ਹਾਂ। ਬਾਏ ਬਾਏ, ਟੇਕ ਕੇਅਰ।